औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं एतमाद टीवी और मैं हूं आपका दोस्त मंजूर अहमद। दोस्तों की खिदमत में हाजिर रहे हैं भाई मजहर अली। भाई का नाम है रहायश आबादी खुंगरा, तहसील तांदलेवाला, जिला फैसलाबाद। फैसलाबाद तो तांदलेवाला, तांदलेवाला तो रहमे शाह कंजवाणी रोड, दरम्यान चाहता है गंडास चौक। गंडास वाले चौक तो एक कारपेट रोड आ रहा, सड़िया पुल, बेदिया चौक के नाल ही जी आबादी खुंगरा। भाई मज़हर दी माशाल्लाह हर हफ्ते में दो दिन की वीडियो लगती है, एक जुमातुल मुबारक के दिन की और एक सोमवार के दिन की। पिछली वीडियो लगी जुमातुल मुबारक के दिन की, वो जानवर दिखाए सन। वो भाई मज़हर इंशाल्लाह अपने बकौल दस दिन जिथे जिथे सेल होने, अल्लाह पाक उन्होंने दोस्तों के नसीब करे। तो उन्होंने दोस्तों का शुक्रिया अदा करने, जो दोस्त अपने एतमाद टीवी चैनल से मेरे से भाई मज़हर से या दीगर दोस्तों से यकीन भरोसा करके जानवर खरीदे। अज सोमवार का दिन ने 27 जून, 6वां महीना 2022। सोमवार का दिन की वीडियो भाई मज़हर की लगा रहे हैं। जानवर आज हैं पांच मझां, पांच मझां दे एक गाय, एक शुकीनी बच्ची, पांच मझां एक गाय ते एक बच्ची है। कुर्बानी वास्ते भी है, वैसे कुर्बानी वास्ते नहीं, शौक तौर ते जे तकरीबन 3 या 3.5 माह दी बच्ची। अच्छा अच्छा, छोटी बच्ची है, मैं कह शायद कुर्बानी दे बच्ची, सही हो गया जी। बहरहाल माशाल्लाह हर हफ्ते दे विच वीडियो लग रही है दो दिन, और हर वीडियो दे विच जानवर आउंदे ने 7 तो 8। माशाल्लाह अच्छा काम, और उम्मीद करने दोस्तों नूं जानवर भी पसंद आउंदे ने ते रेट भी पसंद आउंदे ने। बाकी लैना देना नसीब मुकद्दर दी गल है, शुक्रिया ना दोस्तों दा, जिहड़े दोस्त अपने इस चैनल नूं अग्गे लै के चलदे ने, दोस्तों तक शेयर करदे ने। मजीद भी अपने इस चैनल नूं करना सबसक्राइब, दोस्तों दे नाल वीडियो नूं शेयर करना, लाइक करना और माशाल्लाह दा कमेंट भी जरूर करना। खसूसी दुआ उन्हां दोस्तों दे वास्ते जिहड़े दोस्त अपने इस मुल्क पाकिस्तान तों किसी भी मुल्क दे विच हन, अल्लाह पाक उन्हां दे रिज़्क़े हलाल च बरकत पाए, खुशाबाद हसदिया ते वसदिया रखे। नंबर है मेरा 0341-84-54-696। व्हाट्सएप ਤੇ ਲੋਕਲ ਨੰਬਰ ਹੈ ਅਜ਼ਰ ਭਾਈ, ਆਪਣਾ ਨੰਬਰ ਦੱਸਣ, ਬਾਕੀ ਜਾਨਵਰਾਂ ਦੀ ਡਿਟੇਲ ਨਾਲ ਨਾਲ ਨੰਬਰ 0344-29-2538 ਭਾਈ ਮਨਜ਼ੂਰ, ਵਟਸਐਪ ਤੇ ਹੀ ਲੋਕਲ ਨੰਬਰ ਹੈ। ਠੀਕ ਹੋ ਗਿਆ ਜੀ, ਕੁਝ ਜ਼ਿਕਰ ਕਰ ਛੱਡੋ ਜਿਹੜੇ ਦੋਸਤਾਂ ਨੇ ਪਿਛਲੇ ਦਾ। ਪਿਛਲੇ ਜਾਨਵਰ ਭਾਈ ਮਨਜ਼ੂਰ 3 ਮੱਝਾਂ ਚਾੜੀਆਂ ਸੀ, 3 ਦੇ 3 ਸੇਲ ਹੋ ਗਏ, ਠੀਕ ਹੈ। ਗਈ ਸਿਆਲਕੋਟ ਜੀ, ਮੋਤਰੇ, ਠੀਕ ਹੋ ਗਿਆ। ਇੱਕ ਜਾਨਵਰ ਗਿਆ ਖਾਰੀਆਂ, ਠੀਕ ਹੈ, ਤੇ ਇੱਕ ਜਾਨਵਰ ਗਿਆ ਮੰਡੀ ਬਹਾਵਲ ਦੀ। ਅੱਲਾਹ ਪਾਕ ਉਹਨਾਂ ਦੇ ਨਸੀਬ ਵਿੱਚ ਕਰੇ। ਤੇ ਵੀਡੀਓ ਇਹ 3 ਜਾਨਵਰ ਸਨ, ਤੇ ਉਸ ਤੋਂ ਪਹਿਲੇ 4 ਜਾਨਵਰ ਸਨ ਜਿਹੜੇ ਆਪਣਾ ਡੀਂਗੇ ਤੋਂ ਦੋਸਤ ਸਨ, ਉਹਨਾਂ ਨੇ ਖਰੀਦਣਾ, ਮਤਲਬ 7 ਸਨ, 7 ਅੱਲਾਹ ਪਾਕ ਉਹਨਾਂ ਨਸੀਬ ਕਰੇ। ਲੈ ਆਓ ਜੀ ਜਾਨਵਰ ਜੀ, ਪਹਿਲੇ ਨੰਬਰ ਤੇ ਦੋਸਤੋ ਜਾਨਵਰ ਦਿਖਾ ਰਹੇ ਜੀ ਮਦਰ ਭਾਈ। ਭਾਈ ਮਨਜ਼ੂਰ, ਅੱਲਾ ਖੈਰ ਕਰੇ ਗੱਲਾਂ ਨਸੀਬ ਦੀਆਂ ਜੀ, ਕੀ ਸਮਝ ਆ, ਝੋਟੀ ਨੂੰ ਤਸਲੀਆਂ ਕਰਾ ਦੇਣਾ ਜੇ ਮੂਰਤਾਂ ਨਾ ਆਉਣ ਤੇ ਮੋੜ ਗੱਲ ਕਰਿਓ। ਝੋਟੀ ਨੂੰ ਕਦ ਵਿਖਾ, ਏਡੇ ਛੋੜ ਦੇ ਸਿਰ ਜਿਹੜਾ ਕਦ ਨਾ ਆਵੇ ਤੇ ਰੁਪਈਆ ਭਾਈ ਮਨਜ਼ੂਰ ਇੱਕ ਨਹੀਂ ਲੈਣਾ। ਮਗਰ ਕੱਟੀ ਜੀ, ਉਹ ਜੀ ਮਾਂ ਹੈ, ਉਹ ਜੀ ਮਗਰ ਅਗੇ ਦੀ ਵੀ ਕਾਲੀ ਮੁਸ਼ਕੀ, ਮਾਂ ਤੇ ਕਾਲੀ ਮੁਸ਼ਕੀ ਸੀ, ਲੱਗੀ ਸਮਝ ਜੀ। ਅੱਜ ਸੂਈ ਨੂੰ ਭਾਈ ਮਨਜ਼ੂਰ ਹੋ ਗਿਆ 6 ਤੋਂ 7 ਦਿਨ, ਠੀਕ ਹੋ ਗਿਆ ਜੀ। ਥਾਣ ਭਾਈ ਮਨਜ਼ੂਰ ਵਿਖਾ ਜਿਹੜਾ ਕਿਵੇਂ ਫਾਲ, ਮਾਸ਼ਾਅੱਲਾ ਮਾਸ਼ਾਅੱਲਾ ਜੀ। ਉਹ ਦੋਸਤ ਆ ਖੁਦ ਵੇਖ ਰਹੇ ਨੇ ਚਾਰਾਂ ਪਾਸੋਂ ਥਣ ਦੀ ਵਿਰਲ, ਥਣ ਦੀ ਲੰਬਾਈ ਔਰ ਥਣ ਦਾ ਮਾਸ਼ਾਅੱਲਾ ਜਿਹੜਾ ਬਿਲਕੁਲ ਹੈ, ਮੁੱਠੀ ਪਾਇਆ ਨਾ ਥਣ ਲੁਕਦਾ ਜੀ, ਬਿਲਕੁਲ ਜੀ। ਮੁੱਠੀ ਤੋਂ ਬਾਅਦ ਥਣ ਹੋਵੇ, ਮੈਂ ਜ਼ੁਰਮਦਾਰ ਹਾਂ, ਸਭ ਕਹਿ ਜੋੜ ਨੂੰ ਪੁੱਠਾ ਪਹਿਲਾਂ ਲੋਕ ਜੜ ਨੂੰ ਮਾਸ਼ਾਅੱਲਾ ਪੁੱਠਾ ਵਿਖਾ ਦਿਓ, ਵਜੂਦ ਵਿਖਾ ਦਿਓ ਕਿ ਚੰਗਾ ਮਾਸ਼ਾਅੱਲਾ ਵਜੂਦ ਤੇ ਚੰਗੇ ਕੱਦ ਬੋਧੀ ਮਾਲਕ, ਤੇ ਅੱਲਾ ਦੇ ਕੋਨੇ ਕਾ ਜੇ ਹੀਰਾ ਭਰਾ ਵਾਸਤੇ ਲੱਭ ਕੇ ਲਿਆਂਦਾ ਤੇ ਕਾਲੀ ਕੱਟ ਮੁਸ਼ਕੀ। ਸਹੀ ਹੋ ਗਿਆ ਜੀ, ਇਹ ਆਪਣਾ ਪਹਿਲਣ ਸੂਈ ਕੇ ਦੂਜਣ, ਇਹ ਭਾਈ ਉਮਰ ਚੜ ਕੇ ਲੱਗੀ, ਦੂਜਣ ਤੇ ਵੀ ਪੈਂਦੀ ਕੋ ਭਰਾ, ਪਹਿਲਣ ਸੀ ਸਮਝ ਲੈ ਦੂਜਣ ਵੀ ਸਭ ਸਕਦਾ। ਸਹੀ ਹੋ ਗਿਆ, ਮਤਲਬ ਸੂਈ ਪਹਿਲਾਂ ਨੇ ਤੇ ਚੜ ਕੇ ਬਣੀ ਹੋਈ ਹੈ, ਚੜ ਕੇ ਬਣੀ ਹੋਈ ਹੈ, ਠੀਕ ਹੋ ਗਿਆ। ਪਹਿਲਾ ਵਾਰਾ ਸੂਈ ਇਹ ਮਗਰ ਕੱਟੀ ਹੈ ਜੀ, ਆ ਤੇ ਬਾਕੀ ਮਾਸ਼ਾਅੱਲਾ ਦੋਸਤਾਂ ਨੇ ਖੁਦ ਵੇਖਣਾ ਕੱਦ ਬੁੱਤ ਵਜੂਦ ਤੇ ਇਨਸ਼ਾਅੱਲਾ ਨਸਲ ਜ਼ਾਤ ਵਾਲੀ ਜੁੱਟੀ ਹੈ, ਬਦ ਨਸਲੀ ਨਹੀਂ ਹੈ। ਭਾਈ ਭਾਈ ਮਨਜ਼ੂਰ ਵਿਖਾਓ, ਇਹ ਬਟਨ ਲੱਗੇ ਹੋਇਆ ਬਕਾਇਆ ਮਾਸ਼ਾਅੱਲਾ, ਹਵਾਨਾ ਵਿਖਾਓ ਫਾੜੀ ਵਾਲਾ ਤੇ ਥਣ ਦੀ ਭਾਈ ਮਨਜ਼ੂਰ ਵਿਰਲ ਵਿਖਾ ਦਿਓ ਕਿ ਵਾਕਈ ਥਣ ਪੂਰਾ ਮੁੱਠੜਾ ਹੈ ਜਾਂ ਨਹੀਂ ਹੈ। ਸਹੀ ਹੋ ਗਿਆ ਜੀ,
ਮੂਰਤ ਨਾ ਵਜੇ ਫਿਰ ਗੱਲ ਕਰਿਓ ਸਹੀ ਹੋ ਗਿਆ ਜੀ ਬਾਕੀ ਮਾਸ਼ਾਅੱਲਾ ਨਿੱਕੀ ਨਿੱਕੀ ਸਿੰਘੀ ਸ਼ਰਾਫਾ ਸਾਰਾ ਕੁਛ ਜਿਹੜਾ ਨਾ ਦੋਸਤਾਂ ਨੂੰ ਕਲੀਅਰ ਹੋ ਜਾ ਸੀ ਚਲੋ ਲੈ ਚਲੋ ਜੀ ਉੱਥੇ ਲਾਓ ਬੱਚਾ ਫਿਰ ਦਿਖਾਨੇ ਆ ਜੀ ਬੱਚਾ ਲੱਗਾ ਦਿਖਾ ਛੱਡੋ ਦੋਸਤਾਂ ਨੂੰ ਮਾਸ਼ਾਅੱਲਾ ਜੀ ਤੇ ਬਾਕੀ ਅੱਲਾ ਖੈਰ ਕਰੇ ਪਸਮਾ ਹੁੰਦਾ ਤੇ ਦੋਸਤਾਂ ਨੂੰ ਉਹ ਦਿਖਾਨੇ ਜੀ ਪਸਮਾ ਕਰ ਲਓ ਫਿਰ ਇਨਸ਼ਾਅੱਲਾ ਸਿੱਧੀ ਆ ਥੱਲੋ ਇਧਰੋਂ ਆਇਆ ਨੀਵੀਂ ਜਗ੍ਹਾ ਆ ਵੇਖੋ ਕਿੱਥੇ ਬੰਨੀ ਹੋਈ ਤੇ ਉਧਰੋਂ ਕਿੱਥੇ ਬੰਨੀ ਹੋਈ ਜੀ ਹੋ ਗਿਆ ਪਸਮਾ ਬਾਈ ਬੰਨ ਲਓ ਬੱਚਾ ਬੱਚਾ ਖਿੱਚ ਲਓ ਬੰਨ ਲਓ ਜੀ ਪਿੱਛੇ ਬੰਨ ਛੱਡੋ ਜੀ ਇੱਧਰ ਲੰਘ ਜਾਓ ਕਿਸੇ ਸਾਹਿਬ ਲੰਘ ਜਾਓ ਜੀ ਕਰੋ ਜੀ ਚੁਆਈ ਬਾਈ ਕਰੋ ਜੀ ਚੁਆਈ ਆ ਜੀ ਦੋਸਤ ਵੇਖਣ ਮਾਸ਼ਾਅੱਲਾ ਚੁਆ ਪਸਮਾ ਦੋਸਤਾਂ ਨੇ ਖੁਦ ਵੇਖ ਲੈਣਾ ਕੋਈ ਛੱਟਾ ਨਹੀਂ ਫੁਆਰ ਨਹੀਂ ਬਾਕੀ ਗਿਲਟੀ ਮਰੋੜੀ ਨਜ਼ਰ ਸਾਰੀ ਚੁਆਈ ਕਰਵਾਉਣੀ ਜੇ ਜਾਂ ਆਪਣਾ ਥਾਣ ਚੈੱਕ ਕਰਵਾ ਕੇ ਐਂਡ ਤੇ ਦੁੱਧ ਵਿਖਾ ਦਿੰਦੇ ਆ ਦੋ ਵੀਡੀਓ ਜ਼ਿਆਦਾ ਲੰਬੇ ਜਿਵੇਂ ਤੁਹਾਨੂੰ ਬਿਹਤਰ ਲੱਗੇ ਹੋ ਅਲਹਮਦੁਲਿਲਾ ਮੈਂ ਤਾਂ ਮੇਰੀ ਤਾਂ ਕੋਸ਼ਿਸ਼ ਹੈ ਕਿ ਤੁਸੀਂ ਸਾਰੀ ਚੁਆਈ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਤੇ ਮੈਂ ਕਹਿੰਦਾ ਦੂਸਰਾ ਵਿਖਾ ਦਿੰਦੇ ਆ ਥਾਣਾ ਪਿਛਲੇ ਥਾਣਾ ਤੇ ਵੀ ਮਾਰਿਆ ਜੇ ਤਾਂ ਕੋਲ ਬੰਦ ਹੈ ਸ਼ਾਇਦ ਤੋਂ ਕੀਤਾ ਉਹ ਫਰਲੀ ਮਾਜ ਮਾਰ ਦੇ ਪਿਛਾ ਸਰ ਇਹ ਥਾਣ ਦੇਖ ਲੈਣ ਦੋਸਤ ਇਨਸ਼ਾਅੱਲਾ ਐਂਡ ਤੇ ਦੁੱਧ ਵਿਖਾਨੇ ਆ ਜੀ ਆਪਣਾ ਦੇਖ ਲੈਣ ਦੋਸਤ ਦੁੱਧ ਵੀ ਤੇ ਚੁਆਈ ਵੀ ਬਰਤਨ ਬਦਲਣ ਲੱਗੇ ਆ ਮਾਸ਼ਾਅੱਲਾ ਬਿਲਕੁਲ ਫੜਾ ਸੋਹਣਾ ਚੁਆ ਹੈ ਕੋਈ ਛੱਟਾ ਨਹੀਂ ਫੁਆਰ ਨਹੀਂ ਥਣ ਮਾਸ਼ਾਅੱਲਾ ਬਿਲਕੁਲ ਨਰਮ ਪੋਲਾ ਚੁਆ ਹੈ ਬਾਕੀ ਅੱਗੇ ਅੱਲਾ ਪਾਕ ਖੈਰ ਕਰੇ ਨਸੀਬ ਦੀਆਂ ਗੱਲਾਂ ਬਦਰ ਭਾਈ ਝੋਟੀ ਚੰਗੇ ਦੁੱਧ ਵਾਲੀ ਚੰਗੇ ਘਰ ਵਾਲੀ ਹੈ ਤੇ ਕਾਲੀ ਮੁਸ਼ਕੀ
ਲੇਕਿਨ ਕਮਾਲ ਦੂਜਨਾ ਵਾਲੇ ਦੁੱਧ ਦੂਜਨਾ ਵਾਲਾ ਕੱਦ ਬੁੱਤ ਦੂਜਨਾ ਵਾਲਾ ਬਿਲਕੁਲ ਯਕੀਨ ਕਰੋ ਮੈਂ ਕੀਤਾ ਨੀ ਪੰਜ ਸੱਤ ਹਜ਼ਾਰ ਮਜ਼ਦੂਰੀ ਰੱਖ ਕੇ ਚਲੋ ਕੋ ਪਿਆਰ ਮੁਹੱਬਤ ਕਰਕੇ ਗੱਲ ਇੱਕ ਹੀ ਦੱਸੋ ਚੀਜ਼ ਚੰਗੀ ਆ ਬਾਕੀ ਕੋ ਪਿਆਰ ਮੁਹੱਬਤ ਹੀ ਕਰਨੀ ਜੇ ਜਾਂ 2000 ਰੁਪਿਆ ਹੋਰ ਛੱਡ ਤਾ 3,33,000 ਰੁਪਿਆ ਫੜ ਲੈ ਭਾਈ ਮਨਜ਼ੂਰ ਜੀ ਜਾ ਕੇ ਫੇਰ ਲੈਣ ₹3,32,000 ਮਜ਼ੀਦ ਐ ਦੋਸਤਾਂ ਵਾਸਤੇ ਚਾਰਾਂ ਥਣਾਂ ਦੇ ਵਿੱਚ ਐ ਦੁੱਧ ਡੂੜ ਬਾਲਟਾ ਸ਼ਾਮ ਨੂੰ ਚੋਲਣ ਸੀ ਡੂੜ ਬਾਲਟਾ ਸਵੇਰ ਨੂੰ ਚੋਲਣ ਐ ਆਪਣਾ ਦੁੱਧ ਦੋਵਾਂ ਜਗ੍ਹਾ ਵਾਲਾ ਦੋਸਤ ਵੇਖ ਲੈਣ ਬਾਕੀ ਅੱਲਾਹ ਖੈਰ ਕਰੇ ਨਸੀਬ ਦੀਆਂ ਗੱਲਾਂ ਜੀ 3,32,000 ਮਜ਼ੀਦ ਆਇਆ ਦੋਸਤਾਂ ਨੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਦੀਦ ਜਾ ਕਰਵਾਵਾਂਗੇ ਲੈ ਆਓ ਜੀ ਅੱਗੇ ਜਾਣ ਜੀ ਅੱਗੇ ਦੂਸਰੇ ਨੰਬਰ ਤੇ ਜਾਨਵਰ ਦਿਖਾ ਰਹੇ ਜੀ ਮਦਰ ਭਾਈ ਮਨਜ਼ੂਰ ਦੂਸਰੇ ਨੰਬਰ ਤੇ ਝੋਟੀ ਨੂੰ ਦੂਸਰਾ ਸੁਆ ਸੋਣਾ ਝੋਟੀ ਨੂੰ ਦੋ ਕੈਮਰਾ ਮਾਰ ਕੇ ਵਿਖਾ ਛੱਡੋ ਕਿ ਝੋਟੀ ਨੂੰ ਮਾਸ਼ਾਅੱਲਾ ਲੰਬਾਈ ਤੇ ਕੱਦ ਵਿਖਾ ਛੱਡੋ ਵਾਕਈ ਲੰਬਾਈ ਕੱਦ ਝੋਟੀ ਨੂੰ ਹੈ ਜਾਂ ਨਹੀਂ ਹੈ ਅਜੇ ਝੋਟੀ ਕੱਢਦੀ 10 ਡੰਗ ਲੱਗੀ ਸਮਝ ਤੇ ਜੋ ਝੋਟੀ ਥੱਬੇ 'ਚ ਲੈ ਕੇ ਨਹੀਂ ਬੰਦੀ ਤੇ ਫਿਰ ਗੱਲ ਕਰੋ ਲੱਗੀ ਸਮਝ ਮਗਰ ਬਟਨ ਲੱਗੇ ਹੋਏ ਉਹ ਵਿਖਾਓ ਲੱਗੀ ਸਮਝ ਜੀ ਤੇ ਮਾਸ਼ਾਅੱਲਾ ਥਣ ਵਿਖਾਓ ਕਿ ਜਿਵੇਂ ਲੱਟ ਦੂਜੇ ਹੋ ਕੇ ਮੈਨੂੰ ਥਣ ਪਹਿਲਾਂ ਲੱਗਾ ਗੋਲ ਲੱਟ ਵਾਲਾ ਸੋਹਣਾ ਥਣ ਲੱਗਾ ਹੋਇਆ ਕਿੰਨੇ ਕੁ ਦਿਨ ਲੈਂਦੀ ਹੈ ਜੀ 10 ਦਿਨ ਭਾਈ ਮਨਜ਼ੂਰ ਇਹ ਕੱਢਦੀ ਹੈ ਦੂਜਾ ਵਾਰਾ ਸੋਹਣਾ ਤੇ ਦਿਨ ਲੈਂਦੀ ਹੈ ਅੱਲਾਹ ਖੈਰ ਕਰੇ 8 ਤੋਂ 10 ਗਰਮੀ ਦਾ ਮੌਸਮ ਇੱਕ ਦਿਨ ਦਾ ਫਰਕ ਪੈ ਸਕਦਾ ਬਾਕੀ ਆ ਮਾਸ਼ਾਅੱਲਾ ਥਣ ਸੋਹਣਾ ਲਿਬਾਸ ਸੋਹਣਾ ਕੱਦ ਬੁੱਤ ਦੋਸਤਾਂ ਦੇ ਸਾਹਮਣੇ ਬਾਕੀ ਨਸਲ ਜ਼ਾਤ ਹੈ ਮਾਸ਼ਾਅੱਲਾ 10 ਦਿਨ ਕੱਢਦੀ ਜੇ ਸਾਦਾ ਟੋੜਾ ਝੋਟੀ ਨਹੀਂ ਪੱਟਿਆ ਤੇ ਫਿਰ ਗੱਲ ਕਰੋ ਠੀਕ ਹੋ ਗਿਆ ਜੀ ਅੱਲਾਹ ਪਾਕ ਖੈਰ ਕਰੇ ਤੇ ਠੀਕ ਹੋ ਪਹਿਲੇ ਸੂ ਦਾ ਕੀ ਦੁੱਧ ਦਾ ਰਿਕਾਰਡ ਹੈ ਇਧਰ ਵਖਾਓ ਵੇਖ ਮਾਸ਼ਾਅੱਲਾ ਅੱਲਾਹ ਯਾਤੀ ਕਰੇ ਤੇ ਨਸੀਬ ਕਰੇ ਜਿੱਥੇ ਵੀ ਜਾਵੇ ਨਾ ਪਰ ਇੱਕ ਵਾਰੀ ਵੱਡੀ ਫਰਮਾ ਵਾਲੀ ਮਾਝੇ ਨੂੰ ਝੋਟੀ ਭਾਈ ਮਨਜ਼ੂਰ ਕੋਈ ਨਹੀਂ ਕਹਿੰਦਾ ਸਹੀ ਹੋ ਗਿਆ ਜੀ ਪਹਿਲੇ ਸੂ ਦਾ ਕੀ ਕੋ ਦੁੱਧ ਦਾ ਪਹਿਲੇ ਸੂ ਦੇ ਭਾਈ ਮਨਜ਼ੂਰ ਜਿਹੜਾ ਮਾਲ ਕੇ ਦੱਸਿਆ ਨਾ 16 15 16 17 ਸਿਰ ਝੋਟੀ ਦੁੱਧ ਦਿੰਦੀ ਰਹੀ ਹੈ ਮਾਸ਼ਾਅੱਲਾ ਜੀ ਤੇ ਹੁਣ ਅੱਲਾ ਪਾਕ ਖੈਰ ਕਰੇ ਅੱਗੇ ਨਸੀਬ ਦੀਆਂ ਗੱਲਾਂ ਤੇ ਦੁੱਧ ਦੇਣ ਵਾਲੀ ਨਸਲ ਜ਼ਾਤ ਮਨਜ਼ੂਰ ਹੈ ਜਿਹੜਾ 20 ਸਿਰ ਦੁੱਧ ਹੈ ਇਹਦੇ ਮੂੰਹ ਤੇ ਪੈਂਦਾ ਵੀ ਹੈ ਮੇਰੇ ਦੱਸਣ ਤੋਂ ਇਲਾਵਾ ਵੀ ਪੈਂਦਾ ਹੈ ਬਿਲਕੁਲ ਜੀ ਜਿਵੇਂ ਕਰਕੇ ਨਸਲ ਜ਼ਾਤ ਵਾਲੀ ਹੈ ਬਕਾਇਆ ਭਾਈ ਮਨਜ਼ੂਰ ਮਾਝ ਨੂੰ ਵਿਖਾ ਕਿੱਥੇ ਪਾਸੇ ਮਾਝ ਥੁੜਕੀ ਹੋਈ ਕੋ ਨਹੀਂ ਮਾਝ ਨੂੰ ਕੱਦ ਮਾਸ਼ਾਅੱਲਾ ਬੜਾ ਤੇ ਵਜੂਦ ਬੜੇ ਹੈ ਨਹੀਂ ਮਾਸ਼ਾਅੱਲਾ ਮੇਨ ਚੀਜ਼ਾਂ ਗੁਣ ਪੂਰੇ ਨੇ ਥਣ ਸੋਨਾ ਵਿਰਲ ਦੇ ਵਿੱਚ ਮੁੱਠੀ ਬਾਰੇ ਬਿਲਕੁਲ ਕਿਸ ਤਰ੍ਹਾਂ ਭਾਈ ਮਨਜ਼ੂਰ ਕਟੀਆਂ ਵਾਲੀ ਮਾਸ਼ਾਅੱਲਾ ਬੂਥੀ ਲੰਮੀ ਅੱਖਾਂ ਸਫੈਦ ਕਾਲੀ ਕੱਟ ਮੁਸ਼ਕੀ
ਸਹੀ ਹੋ ਗਿਆ ਜੀ, ਬਾਕੀ ਥਣਾ ਛਣਾ ਦੀ ਸਾਫ ਹੈ ਜੀ, ਬਿਲਕੁਲ ਕੋਈ ਛੱਟਾ ਫਾਰ ਵੱਧ ਘੱਟ ਕੋਈ ਕਿਸੇ ਕਿਸਮ ਕਲੀਅਰ ਹੈ, ਕਲੀਅਰ ਠੀਕ ਹੈ ਜੀ। ਬੋਲੋ ਕੀਮਤ ਅੱਲਾ ਪਾ ਕਰ ਪੇਮੈਂਟ ਤੁਹਾਨੂੰ ਮਕੂਲ ਹੈ ਜੀ, ਕੀਮਤ ਅੱਜ ਕੋਈ ਨਾ ਆਉਣਗੀਆਂ ਲੱਗੀ ਸਮਝ, ਜਾ ਕੇ ਵੇਖ ਲੈਣਗਾ ਅੱਜ ਰੁਪਈਆ 3,55,000 3,55,000 ਰੁਪਇਆ ਪਿਆਰ ਮੁਹੱਬਤ ਕਰਕੇ ਫਾਈਨਲ ਜੀ ਦੇ ਦਿਆ ਕਰੋ, ਦੱਸੋ ਇੱਕ ਗੱਲ, ਸਾਡੇ 3 ਦੀ ਕਮਾਈ ਲਈ ਪਰ ਕੀਮਤ ਮਾਜ ਨੂੰ ਕੋਈ ਨਹੀਂ ਗਈ, ਮਾਜੀ ਮੇਰੇ ਸਾਡੇ 4-5 ਲੱਖ ਦੀ ਗਿਆ, 3,50,000 ਮਜ਼ੀਦ ਕੋਈ ਦੇ ਦੇ ਯਾ ਆਇਆ ਦੋਸਤਾਂ ਦੇ ਨਾਲ ਹੋ ਜਾਏਗੀ, ਕੀਮਤ ਕੋਈ ਨਹੀਂ ਅਲਹਮਦੁਲਿਲਾ ਮਾਸ਼ਾਅੱਲਾ, ਜਾਨਵਰਾਂ ਨੂੰ ਵੇਖੀਏ ਤੇ ਕੀਮਤਾਂ ਨੂੰ ਵੇਖੀਏ ਤਾਂ ਬਿਲਕੁਲ ਮੁਨਾਸਿਬ ਹੈ, ਇੱਧਰ ਬਾਈ ਨੂੰ ਕੈਮਰਾ ਮਾਰ ਕੇ ਭਾਈ ਮਨਜ਼ੂਰ ਖਾਮੀ ਨਾ ਜੀ, ਲੰਬਾਈ ਮਾਸ਼ਾਅੱਲਾ ਵੇਖੋ ਤੇ ਕੱਦ ਮਾਈ ਨੂੰ ਵੇਖੋ, ਮਾਸ਼ਾਅੱਲਾ ਜੀ ਉਹ ਦੋਸਤ ਹੈ ਖੁਦ ਵੇਖ ਰਹੇ, ਚੰਗੀ ਵੱਡੀ ਮੈਚ ਚੱਲ ਰਹੀ, 3.5 ਲੱਖ ਚ ਆਇਆ ਦੋਸਤਾਂ ਨਾਲ ਦੀਦੇ ਜਾ ਹੋ ਜਾਏਗੀ, ਲੈ ਆਓ ਜੀ ਅੱਗੇ ਜਾਨਵਰ ਜੀ, ਤੀਜੇ ਨੰਬਰ ਤੇ ਜਾਨਵਰ ਦਿਖਾ ਰਹੇ ਜੀ ਮਦਰ ਭਾਈ, ਭਾਈ ਮਨਜ਼ੂਰ ਤੀਜੇ ਨੰਬਰ ਤੇ ਪਹਿਲਾ ਸੂਆ ਝੋਟੀ ਸੁਣਾ, ਤੇ ਮੈਂ ਕਹਾਂ ਮਾਸ਼ਾਅੱਲਾ ਝੋਟੀ ਨੂੰ ਖੂਨ ਜਾਨ ਵਿਖਾਇੜਗਾ, ਵਾਕਈ ਪਹਿਲਾਂ ਲੱਗਦੀ ਹੈ ਦੂਜਿਆਂ ਲੱਗਦੀ ਹੈ, ਪਹਿਲਾ ਸੂਆ ਝੋਟੀ ਨੇ ਸੁਣਾ ਜੀ ਤੇ ਦਿਨ ਲੈਂਦੀ ਆ ਜੇ ਮੇਰਾ ਖਿਆਲ ਹੈ 12-13 ਦਿਨ ਲੈ ਜਾਣੇ ਬਾਈ, ਕੱਚੀ ਹੈ ਭਾਈ, ਆ ਥਣ ਤੇ ਲੋ ਬਣਾਈ ਹੋਈ ਹੈ, ਲੋ ਭਾਈ ਬਣਾਈ ਹੋਈ ਲੋ, ਲੋ ਬਣਾਈ ਹੋ ਕੋ ਮਸਾਲਾ ਸ਼ਾਲਾ ਨਹੀਂ ਦਿੱਤਾ ਜੇ ਨਾ, ਦੇ ਲਾਂਗੇ ਮਸਾਲਾ ਭਾਈ, ਮਾਲ ਆਇਆ ਹੀ ਅੱਜ ਫਿਰ ਮਸਾਲਾ ਫਿਰ ਦਾਂਗੇ ਇਹਨਾਂ ਨੂੰ, ਬਕਾਇਆ ਝੋਟੀ ਨੂੰ ਕਿਸੇ ਪਾਸੇ ਕਮੀ ਕੋ ਥੁੜਕੀ ਹੋਈ ਵਿਖਾਇਡ ਕੋ, ਵਾਕਈ ਅੱਲਾ ਦੇ ਕੋਣਾ ਭਾਈ ਮਨਜ਼ੂਰ, 2-3 ਹੋਣਗੀਆਂ ਪਰ ਹੋਣਗੀਆਂ ਸਿਰੇ ਦੀਆਂ ਝੋਟੀਆਂ, ਮਾਸ਼ਾਅੱਲਾ ਇੱਕ ਦੂਸਰੇ ਤੋਂ ਨਸਲ ਜ਼ਾਤ ਵਾਲੀਆਂ ਨੇ, ਖੂਬਸੂਰਤ ਹਨ, ਅੱਗੇ ਕਿਵੇਂ ਕਹਿੰਦਾ ਨਜ਼ਰ, ਅੱਗੇ ਭਾਈ ਮਨਜ਼ੂਰ ਨਸੀਬ ਦੀ ਗੱਲ, ਨਸੀਬ ਜਿਹੜੇ ਜਗ੍ਹਾ ਤੇ ਪੱਠੇ ਲਿਖੇ ਆ ਉਹ ਤੇ ਮਾਸ਼ਾਅੱਲਾ ਝੋਟੀ ਨੂੰ ਕੱਦ ਬੜਾ ਤੇ ਵੇਲ ਬੜਾ, ਸੋਹਣ ਸੁਨੱਖ ਬੜਾ ਹੈ, ਸਹੀ ਹੋ ਗਿਆ ਜੀ, ਥਣਾ ਦੀ ਸਾਫ ਹੈ ਜੀ, ਥਣਾ ਦੀ ਭਾਈ ਮਨਜ਼ੂਰ ਸਾਫ ਤੇ ਸੁਥਰੀ, ਮੂੰਹ ਦੀ ਮਾਸ਼ਾਅੱਲਾ ਸੀਲ ਸਹੂ ਹੈ, ਠੀਕ ਹੈ, ਇਹ ਵੀ ਝੋਟੀ ਸੂਬਾ ਮਾਰ ਕੇ ਲੱਗੀ ਹੋਈ ਲੱਗੀ ਸਮਝ, ਇਹ ਵੀ ਮੂੰਹ ਕਨੀਆਂ ਦੰਦ ਕਰਦੀ ਪਈ ਹੈ, ਮੱਝਾਂ ਹੁਣ ਸਾਰੀਆਂ ਦੁੱਧ ਲਾਈਆਂ, ਆਪਣਾ ਕਿਸੇ ਕਿਸਮ ਦਾ ਥਣਾ ਦਾ ਵਾਦਾ ਘਾਟਾ ਕੋ ਪਿੱਛਾ ਮਾਰ, ਭਾਈ ਮਨਜ਼ੂਰ 6 ਮਹੀਨੇ ਦਾ ਮੇਰੀ ਗਾਰੰਟੀ ਹੋ ਗਈ, ਅਗਰ ਮੇਰੇ ਮਾਝ ਥਣਾ ਚ ਰੋਗ ਹੋਵੇ, ਚਲੋ ਅੱਲਾ ਪਾਕ ਖੈਰ ਕਰੇ ਜੀ, ਮਾਸ਼ਾਅੱਲਾ ਝੋਟੀ ਨੂੰ ਕਮੀ ਕੋਈ ਨਹੀਂ, ਨਸਲ ਜ਼ਾਤ ਵਾਲੀ ਝੋਟੀ ਹੈ, ਅੱਲਾ ਪਾਕ ਖੈਰ ਅੱਗੇ ਤੋਂ ਹੁੰਦਾ ਨਸੀਬ, ਲੇਕਿਨ ਉਮੀਦ ਹੈ 13-14 ਲੀਟਰ ਆਰਾਮ ਨਾਲ ਪਈ, ਆਰਾਮ ਸਕੂਨ ਨਾਲ ਭਾਈ ਮਨਜ਼ੂਰ 1500 ਜਿੱਥੇ ਮਰਦੀ ਬਹਿ ਕੇ ਥੱਲੇ ਚੋਲਿਓ, ਅਲਹਮਦੁਲਿਲਾ ਜੀ, ਬੋਲੋ ਕੀਮਤ ਦੇ, ਕੀਮਤ ਭਾਈ ਮਨਜ਼ੂਰ ਦੀ ਮਕੂਲ ਕਰਨੀ ਹੈ ਜੀ, 2,70,000 ਕੀਮਤ ਹੀ, 5 ਭਰਾਵਾਂ ਨੂੰ ਛੱਡ ਕੇ 2,65 ਦੀ, ਪਰ ਝੋਟੀ ਦੇ ਮੁੱਲ ਕੋਈ ਨਹੀਂ ਗਾ, 2,70,000 ਡਿਮਾਂਡ ਹੈ, 5,000 ਦੀ ਗੁੰਜਾਇਸ਼ ਕਰਕੇ 2,65,000 ਮਜ਼ੀਦ ਕੋ ਪਿਆਰ ਮੁਹੱਬਤ ਹੈ, ਇਨਸ਼ਾਅੱਲਾ ਭਰਾ ਆਣ ਕੇ ਮਾੜੀ ਮੋਟੀ ਕਰ ਛੱਡੋ, ਕਿ 2,000 ਰੁਪਏ ਮਨਜ਼ੂਰ ਹੋਰ ਛੱਡਿਆ ਪਰ ਕੀਮਤ ਕੋਈ ਨਹੀਂ, ਅਲਹਮਦੁਲਿਲਾ 2,000 ਰੁਪਏ ਮਦਰ ਲੱਖਾਂ ਚੋਂ 2,000 ਨਾਲ ਨਿਕਲ ਗਏ, ਗੱਲ ਇਹ ਹੈ ਭਾਈ ਤੁਸੀਂ ਯਕੀਨ ਕਰੋ ਅੱਗੋਂ ਹੱਥ ਹੀ ਕੋਈ ਰੱਖ ਦਿੰਦਾ, ਆਹੋ ਖਰਚੇ ਇਧਰ ਬੁਲਾਣਾ ਅੱਗੇ ਦੋਸਤਾਂ ਨੂੰ ਖਰਚਾ ਕਰ, ਜੇ ਵੇਖਣ ਕੀਮਤ ਕੀ ਮੈਂ ਕਰਦਾ, ਮੈਂ ਝੋਟੀ ਨੂੰ ਵੇਖਣ ਸਹੀ ਹੋ, ਝੋਟੀ ਨੂੰ 3.5-3 ਲੱਖ ਕੀਮਤ ਹੁੰਦੀ ਹੈ, ਚਲੋ ਕੋ ਫਾਈਨਲ ਜੀ ਇੱਕ ਹੀ ਗੱਲ ਕਰ ਛੱਡੋ, ਜਾਂ ਉਤਲਾ ਵਿੱਚ 3 ਛੱਡਿਆ 60 ਦੀ ਝੋਟੀ, 2,60,000 ਦੇ ਮਜ਼ੀਦ, ਚਲੋ ਆਇਆਂ ਦੇ ਦੇ ਜਾ, ਇਨਸ਼ਾਅੱਲਾ ਹੋ ਜਾਏਗਾ, ਹੋ ਜਾਏਗਾ, ਬਕਾ ਕੀਮਤ ਕੋਈ ਨਹੀਂ, 60 ਝੋਟੀ ਨੂੰ ਜੀ ਲੈ ਆਓ ਅੱਗੇ ਜਾਨਵਰ ਜੀ, ਅੱਗੇ ਚੌਥੇ ਨੰਬਰ ਤੇ ਜਾਨਵਰ ਦਿਖਾ ਰਹੇ ਜੀ ਮਦਰ ਭਾਈ, ਭਾਈ ਮਨਜ਼ੂਰ ਚੌਥੇ ਨੰਬਰ ਤੇ ਲੈਣੇ ਦੇਣੇ ਨਸੀਬ ਦੀ ਗੱਲ ਆ, ਪਤਾ ਨਹੀਂ ਗੁੱਸਾ ਰਹਿਣਾ ਜਾਂ ਨਹੀਂ ਰਹਿਣਾ, ਬਕਾ ਮਾਈ ਨੂੰ ਤਸੱਲੀ ਭਰਾ ਕਰ ਲੈਣ ਕਿ ਵਾਕਿਆ ਜੇ ਕੋਈ ਸ਼ਾਨ ਕਿਸੇ ਕਿੱਲੇ ਦੀ ਸ਼ਾਨ ਲੈਂਦੀ ਜਾਂ ਨਹੀਂ ਲੈਂਦੀ, ਅਜੇ ਮੱਝ ਵੀ ਦੇ ਵੀ ਨਹੀਂ ਸੁਣਦੀ, ਅਜੇ ਮੱਝ ਮੇਰੇ ਖਿਆਲ ਨਾਲ ਅੱਲਾ ਮੇਰੇ ਦੇ ਹੁਕਮ ਨਾਲ ਲੈਂਦੀ ਹੈ ਤਕਰੀਬਨ 20 ਦਿਨ ਉਮੀਦ ਹੈ ਤੇ ਬਾਕੀ 15 ਦਿਨ ਤੱਕ ਕਨਫਰਮ ਹੈ ਨਾ, ਕਿਉਂ ਭਾਈ ਮਨਜ਼ੂਰ ਹੁਣ ਸ਼ੁਰੂ ਕਰਤਾ ਮੱਝ ਨੇ, ਗਰਮੀ ਦਾ ਮੌਸਮ ਹੈ ਕੋਈ 2-4 ਦਿਨ ਦਾ ਅੱਗਾ ਪਿੱਛਾ ਹੋ ਸਕਦਾ, ਬਾਕੀ ਮੱਝ ਅੱਲਾ ਮੇਰੇ ਦੇ ਹੁਕਮ ਨਾਲ ਕੱਲੀ ਡਾਲੇ 'ਚ ਪੂਰੇ ਆਉਣ ਵਾਲੇ, ਹਾਂ ਇਹ ਵੀ ਭਰਾ ਵੇਖ ਲੈਣ, ਇਹਨਾਂ ਕੋਲ ਆਖਣ ਦੋ ਮੱਝਾਂ ਦਾ ਸੰਦ ਡਾਲੇ ਚੱਲ ਦੇ ਕੋਲੇ ਕੱਲੀ ਡਾਲੇ 'ਚ ਪੂਰੀ ਆਸੀ, ਨਹੀਂ ਮੱਝ ਕੋਲ ਮਾਸ਼ਾਅੱਲਾ ਜਿੰਨਾ ਕੱਦ ਬੁੱਤ ਜਿੰਨੇ ਜਿਹੜੇ ਵੀ ਘਰ 'ਚ ਰਹੀ ਉਹਨਾਂ ਨੇ ਸਾਂਭੀ ਹੈ ਨਾ, ਜਿੱਥੇ ਮੈਂ ਰਹਿੰਦਾ ਨਾ ਮੇਰੇ ਏਰੀਏ 'ਚ ਮੱਝ ਕੋਈ ਨਾ ਇਹ ਕੱਦ ਛੱਡ ਦਿਓ ਭਾਈ, ਤੁਰੰਤ ਦੇ ਬੋਲੋ ਮੱਝ ਕੋਈ ਨਾ ਹੋਸੀ, ਮਾਸ਼ਾਅੱਲਾ ਥਣ ਸੋਹਣਾ, ਦੂਜਿਆਂ ਨੇ ਸੁਣੀ ਹੈ ਨਾ, ਦੂਜਾ ਸੁਆ ਭਾਈ ਮਨਜ਼ੂਰ ਸੁਣੀ ਹੈ, ਠੀਕ ਹੈ
ਤੇ ਮੱਝ ਨੂੰ ਮਾਸ਼ਾਅੱਲਾ ਸ਼ਾਨ ਤੇ ਹੁਸਨ ਕੱਦ ਬਹੁਤ ਮਜ਼ਦੂਰ ਘੱਟ ਹੀ ਭਰਾ ਸਾਰੇ ਵਖਾਂਦੇ ਆ ਚੰਗੀਆਂ ਵਖਾਂਦੇ ਲੇਕਿਨ ਅਜੇ ਹੋਏਗੀ ਅਨੋਖੀ ਇੱਕ ਸ਼ਾਈ ਹੋਏ ਕੀ ਕੋ ਪਿਛਾ ਇਹਦਾ ਦੁੱਧ ਦਾ ਰਿਕਾਰਡ ਰਿਹਾ ਜੀ ਪਿਛਲੇ ਭਾਈ ਮਨਦੂਰ ਪਹਿਲੇ ਸੀ ਝੋਟੀ ਦਿੱਤਾ 18-19 ਮਾਸ਼ਾਅੱਲਾ ਜੀ ਤੇ ਝੋਟੀ ਦੇ ਭਾਈ ਮਨਦੂਰ ਮੂੰਹ ਤੇ ਪੈਂਦਾ ਵੀ ਆ ਇਹ ਜੀ ਦੋਸਤ ਖੁਦ ਵੇਖ ਲੈਣ ਦੋਸਤਾਂ ਦੇ ਸਾਹਮਣੇ ਕਿ ਜਿੱਡੀ ਕਲਾਸ਼ ਹੈ ਹਾਥੀ ਪੂਰਾ ਅੱਲਾ ਮੇਰੇ ਦੇ ਹੁਕਮ ਨਾਲ ਤੇ ਬਕਾਇਆ ਕਿਸੇ ਪਾਸੇ ਕਮੀ ਕੋਈ ਨਹੀਂ ਥੁੜਕੀ ਹੋਈ ਕੋਈ ਨਹੀਂ ਵਾਕਈ ਹਾਥੀ ਮੱਝ ਨੂੰ ਕੋਈ ਨਹੀਂ ਆਂਦਾ ਠੀਕ ਹੋ ਗਿਆ ਬਾਕੀ ਆਪਣਾ ਥਣਾ ਦੀ ਪਿੱਛੇ ਦੀ ਅੱਗਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਜੀ ਨਸੀਬ ਦੀ ਗੱਲ ਹੈ ਲੱਗੀ ਸਮਝ ਕੋਈ ਨਹੀਂ ਪਤਾ ਜ਼ਿੰਦਗੀ ਦਾ ਸਾਹ ਕਿਹੜੇ ਮੋੜ ਤੇ ਮੁੱਕ ਜਾਣਾ ਕੋ ਭਰਾ ਹੁਣ ਸ਼ਾਬ ਖਾਸਾ ਆ ਵੇਖ ਭਾਈ ਮਨਦੂਰ ਅਜੇ 15 ਦਿਨ ਬਿਲਕੁਲ ਤੇ ਆ ਵਾਦਰ ਪੂਰੇ ਅੱਲਾ ਮੇਰੇ ਦੇ ਹੁਕਮ ਦਾ ਸੂ ਤੱਕ ਜਿਹੜੇ ਆ ਨੇ ਇਨਸ਼ਾਅੱਲਾ ਭਾਈ ਮਨਦੂਰ ਇਨਸ਼ਾਅੱਲਾ ਬਰਨੇ ਆ ਤੇ ਅੱਲਾ ਖੈਰ ਕਰੇ ਗੱਲਾਂ ਨਸੀਬ ਦੀਆਂ ਤੇ ਖੈਰ ਦੀਆਂ ਤੇ ਕਿੰਨਾ ਕਿ ਦੁੱਧ ਕਰਨ ਵਾਲੀ ਆ ਅਲਹਮਦੁਲਿਲਾ ਭਾਈ ਮਨਦੂਰ ਨਾ ਜਿਹੜੀ ਕੋ 22-23 ਸਿਰ ਮਾਸ਼ਾਅੱਲਾ ਨਹੀਂ ਉਮੀਦ ਹੈ ਰੱਬ ਦੀ ਜ਼ਾਤ ਤੇ ਇੰਨਾ ਕਿ ਤੇ ਮੂੰਹ ਤੇ ਜੁੜਦਾ ਜੁੜਦਾ ਭਾਈ ਮਨਦੂਰ ਅੱਲਾ ਦੇ ਕੋਣਾ ਕਿਉਂ ਨਾ ਕਿ ਦੇਗੀ ਕਰਮਾਂ ਵਾਲੀ ਇਹ ਕਿਹੜੀ ਕੋ ਐਡੀ ਜੀ ਕੱਟੀ ਹੈ ਜੀ ਬੋਲੋ ਕੀਮਤ ਇਹਦੀ ਦੱਸੋ ਜੀ ਕੀਮਤ ਭਾਈ ਮਨਦੂਰ ਜਿਹੜੀ ਲੈ ਲੈਣੀ ਮਕੂਲ ਜਾਈ ਜੀ 3,95,000 ਕੀਮਤ ਕੋਈ ਨਹੀਂ ਮਾਜੀ ਮਾਜੀ ਮੇਰੀ 8,00,000 ਦੀ ਹੈ 3,95,000 ਰੁਪਿਆ ਕੋ ਪਿਆਰ ਮੁਹੱਬਤ ਕਰੋ ਹਮ ਅਜ਼ਰ ਭਾਈ ਜੀ ਭਾਈ ਮਨਦੂਰ ਪਿਆਰ ਮੁਹੱਬਤ ਦੀ ਗੱਲ ਕੋਈ ਨਹੀਂ ਮੱਝ ਮਾਸ਼ਾਅੱਲਾ ਤੇਰੀ ਚੰਗੀ ਹੈ ਮੈਂ ਨਹੀਂ ਆਖਦਾ ਮੱਝ ਅੱਲਾ ਮੇਰੇ ਹੁਕਮ ਨਾਲ 7,00,000 ਦੀ ਹੈ ਜਾਨਵਰ ਤੇਰਾ ਚੰਗਾ ਹੈ ਲੇਕਿਨ ਦੋਸਤਾਂ ਵਾਸਤੇ ਕੀ ਦੀ ਦੀ ਆ ਇੱਕ ਹੀ ਗੱਲ ਕਰਨੀ 5,000 ਛੱਡਦਾ ਭਾਈ ਮਨਦੂਰ 90,000 ਦੀ ਮਾਈ ਲੈ ਲੈ ਪਰ ਮਾਈ ਨੂੰ ਕਮੀ ਕਿਸੇ ਪਾਸੇ ਕੋਈ ਨਹੀਂ ਕੋ ਪਿਆਰ ਇੱਕ ਹੀ ਫਾਈਨਲ ਜੀ ਪਿਆਰ ਮੁਹੱਬਤ ਹੈ ਇਹ ਭਾਈ ਮਨਦੂਰ ਜੀ ਇਹ ਭਰਾਵਾਂ ਨੂੰ ਹਰ ਬੰਦੇ ਨੂੰ ਚੈਲੰਜ ਆ ਜੀ ਅਲਹਮਦੁਲਿਲਾ ਜੀ ਮੱਝ ਦੇ ਕੋ ਰੇਟ ਕਿਤੇ ਵੀ ਹੋ ਜਾਵੇ ਕਿਸੇ ਦਿਲ ਚ ਵੀ ਹੋਵੇ ਤੇ ਮੈਂ ਅਲਹਮਦੁਲਿਲਾ ਭਰਾਵਾਂ ਦਾ ਜੁਰਮਦਾਰ ਹਾਂ ਦੇਨਦਾਰ ਉਹਨਾਂ ਦਾ ਹਾਂ ਚਲੋ ਮਜ਼ੀਦ ਆਇਆ ਦੋਸਤਾਂ ਦੇ ਨਾਲ ਤੇ ਹੋ ਜਾਏਗੀ ਨਾ ਦੀਦੀ ਆ ਹੋ ਜਾਏਗੀ ਬਕਾ ਮਾਈ ਨੂੰ ਕੀਮਤ ਭਾਈ ਮਨਦੂਰ ਕੋਈ ਨਹੀਂ ਕੀਤੀ ਜੀ ਠੀਕ ਹੋ ਗਿਆ ਲਿਆਓ ਅੱਗੇ ਜਾਨਵਰ ਜੀ ਜੀ ਅੱਗੇ ਆਪਣਾ 5ਵੇਂ ਨੰਬਰ ਤੇ ਨਾ ਜਾਨਵਰ ਜੀ ਆ 5ਵੇਂ 4th ਨੰਬਰ ਤੇ ਚਾਰ ਮੱਝਾਂ ਹੋ ਗਈਆਂ 5ਵੇਂ ਨੰਬਰ ਤੇ ਆ ਸੌਰੀ 5ਵੇਂ ਨੰਬਰ ਤੇ ਜੀ ਦੱਸੋ ਭਾਈ ਮਨਦੂਰ ਗਾਂ ਸੂਈ ਹੋਈ ਲੱਗੀ ਸੀ ਮਜੇ ਠੀਕ ਹੈ ਸੂਈ ਗਾਂ ਨੂੰ ਮਤਲਬ 6 ਮਹੀਨੇ ਕਲੀਅਰ ਹੋ ਗਏ 7ਵੇਂ ਨੇ ਪੈਰ ਪਾਇਆ ਹੋਇਆ ਠੀਕ ਹੈ ਪ੍ਰੈਗਨੈਂਟ 7 ਮਹੀਨੇ ਦੀ ਅੱਛਾ ਇਹ ਸਮਝ ਲਓ ਤੋਕੜ ਦੇ ਵਿੱਚ ਆ ਜਾਂਦੀ ਹੈ 7 ਮਹੀਨੇ ਦੀ ਗੱਭਣ ਹੈ 7 ਮਹੀਨੇ ਦੀ ਕਲੀਅਰ ਤੇ ਗਾਰੰਟੀ ਡਾਕਟਰ ਕੋਈ ਭਾਈ ਆਪਣਾ ਜ਼ਿਲ੍ਹੇ ਦਾ ਡਾਕਟਰ ਲਿਆਓ ਅਗਰ ਮੇਰੇ ਕੋਲ ਤਸੱਲੀ ਲਵੋ ਮੇਰੇ ਡਾਕਟਰ ਦੀ ਮੋਹਰ ਲੱਗੀ ਹੋਏਗੀ ਪਰਚੀ ਰਸੀਦ ਬਣੀ ਹੋਏਗੀ ਲੱਗੀ ਸਮਝ ਸਹੀ ਹੋ ਗਿਆ ਕਿੰਨਵਾਂ ਵਾਰਾ ਸੂਈ ਹੋਈ ਹੈ ਤੇ ਕਿੰਨੇ ਵਾਸਤੇ ਇਹ ਭਾਈ ਮਨਦੂਰ ਹੁਣ ਇਹਨੇ ਦੂਸਰਾ ਵਾਰਾ ਸੂਣਾ ਹੈ ਠੀਕ ਹੋ ਗਿਆ ਅੱਛਾ ਪਹਿਲਾ ਵਾਰਾ ਸੂਈ ਹੋਈ ਹੈ ਤੇ ਅੱਗੇ ਦੂਜੇ ਵਾਸਤੇ 6 ਮਹੀਨੇ ਦੀ 7 ਮਹੀਨੇ ਦੀ 7 ਮਹੀਨੇ ਦੀ 6 ਤੂਤਾਂ ਤੇ 7 ਥੱਲੇ ਤੇ ਕਰ ਲਵੋ ਬਕਾਇਆ ਮਾਸ਼ਾਅੱਲਾ ਵਹਿਣ ਨੂੰ ਪਹਿਲਣ ਹੋ ਕੇ ਵਹਿਣ ਨੂੰ ਥਣ ਨਸੀਬ ਕਿੱਥੇ ਜਾਣੀ ਹੈ ਕਿੱਥੇ ਨਹੀਂ ਲੇਕਿਨ ਜਿਹੜੀ ਜਗ੍ਹਾ ਤੇ ਗਈ ਅੱਲਾ ਦੇ ਹੁਕਮ ਨਾਲ ਗਾਂ ਇੱਕ ਵਾਰੀ ਦੁੱਧ ਦੀਆਂ ਨਹਿਰਾਂ ਹਨ ਬਿਲਕੁਲ ਜੀ ਭਾਈ ਮਨਜ਼ੂਰ 7 ਮਹੀਨੇ ਦੀ ਗਾਂ ਗੱਭਣ ਤੇ 9 ਤੋਂ 10 ਕਿਲੋ ਗਾਂ ਤੇ ਹੁਣ ਦੁੱਧ ਹੈ ਹੁਣ ਕਿੰਨਾ ਚੁਆਈ ਕਰਵਾ ਕੇ 9 ਤੋਂ 10 ਕਿਲੋ ਚੁਆਈ ਕਰਾ ਕੇ ਕਿਵੇਂ ਚੁਆਈ ਕਰਦੇ ਕਿਵੇਂ ਜੇ ਜਿਵੇਂ ਖੜੀ ਥੱਲੇ ਬਹਿ ਜਾ ਕੋਈ ਇੱਕ ਟੀਕਾ ਸ਼ਿਕਾ ਨਹੀਂ ਕੋਈ ਟੀਕਾ ਨਹੀਂ ਕੋਈ ਪਹਾੜਾ ਨਹੀਂ ਸਹੀ ਹੋ ਗਿਆ ਖਾਪੀ ਨਾਲ ਕੇ ਥੱਲੇ ਬਹਿ ਜਾ 500 ਸਵੇਰ ਕੱਢ ਦੇਗੀ 500 ਸ਼ਾਮ ਕੱਢ ਦੇਗੀ ਠੀਕ ਹੋ ਗਿਆ ਜੀ ਬਾਕੀ ਸ਼ਰਾਫ ਹੈ ਸ਼ਰਾਫ ਭਾਈ ਮਨਜ਼ੂਰ ਬੜੀ ਹੈ ਚਲੋ ਅੱਲਾ ਪਾ ਖੈਰ ਕਰੇ ਜੀ ਪਹਿਲਾਂ ਸੂਈ ਦੂਜੇ ਵਾਸਤੇ 6 ਤੋਂ 7 ਮਹੀਨੇ ਦੇ ਦਰਮਿਆਨ ਡਾਕਟਰ ਪਾਸ ਜੀ ਆ ਗਰੰਟੀ ਸ਼ੁਦਾ ਗੱਭਣ ਹੈ ਜੀ ਬਿਲਕੁਲ ਜੀ 7 ਤੋਂ 8 ਕਿਲੋ ਦੁੱਧ ਜਿਹੜਾ ਪੱਕਾ ਚੁਆਈ ਕਰਵਾ ਕੇ 8 ਕਿਲੋ ਦੀ ਭਾਈ ਲੋਜ ਨਹੀਂ ਗਰੰਟੀ ਹੈ ਕਿ ਮੈਂ 9 ਵੀ 10 ਜਿਹੜਾ ਦੋਵਾਂ ਟਾਈਮ ਬਾੜੇ ਤੇ ਚੁਆਈ ਕਰਵਾ ਕੇ ਬਾੜੇ ਤੇ ਬਾੜੇ ਬਾੜੇ ਵੀ ਨਹੀਂ ਤੇ ਸਾਬੀ ਮਾਰ ਕੇ ਬਾੜੇ ਬਾੜੇ ਵੀ ਲੋਜ ਚਲੋ ਤੁਸੀਂ ਬਾੜਾ ਹੀ ਕਹਿ ਦਵੋ ਟੀਕਾ ਨਹੀਂ ਹੈ ਇੱਧਰ ਹੋ ਮੇਰੇ ਮੁੰਡੇ ਦੇ ਬਰਾਬਰ ਬੱਚੀ ਨੂੰ ਕੱਦਦਾ ਪਹਿਲਾ ਸੂਆ ਮਾਸ਼ਾਅੱਲਾ ਵਧੀਆ ਕੀ ਕੱਦ ਬਾਕੀ ਥਾਨ ਸ਼ਾਨ ਮਾਸ਼ਾਅੱਲਾ ਚੰਗਾ ਸਾਰਾ ਜੀ ਭਾਈ ਮਨਜ਼ੂਰ ਬੋਲੋ ਜੀ ਕੀਮਤ ਦੇ ਕੀਮਤ ਭਾਈ ਮਨਜ਼ੂਰ ਜੇ ਗਾਂ ਨੂੰ ਤਿਆਰ ਮੈਂ ਕੀਮਤ 10,00,000 ਗਾਂ ਨਹੀਂ ਕਰਨੀ ਸੀਗੀ ਜੀ ਲੇਕਿਨ ਗਾਂ ਹੁਣ ਅੱਧ ਵਿਚਾਲੇ ਖੜੀ ਹੈ ਠੀਕ ਹੈ ਲੱਗੀ ਸਮਝ ਜਿਹੜੀ ਲੈ ਲੈਣੀ ਰੁਪਿਆ 2,80,000 2,80,000 8 ਕਿਲੋ ਦੁੱਧ 6 ਤੋਂ 7 ਮਹੀਨੇ ਦੀ ਗੱਭਣ ਜੀ ਆ
ਤੇ ਬਾਕੀ ਮਾਸ਼ਾਅੱਲਾ ਤਿਆਰ ਹੋਇਆ। ਅਰੂਜ ਦਾ ਦੁੱਧ ਕਿੰਨਾ ਹੈ ਦਾ? ਅਰੂਜ ਦਾ ਭਾਈ ਮਨਜ਼ੂਰ ਜਿਹੜਾ ਵਛੀ ਦਿੱਤਾ ਨਾ ਦੁੱਧ, 25 ਸਰ ਦੁੱਧ ਦਿੱਤਾ ਲਿਆਰ ਦਾ, ਲਿਆਰ ਦਾ ਸਹੀ ਹੋ ਗਿਆ। ਅੱਗੇ ਨਸੀਬ ਦੀਆਂ ਗੱਲਾਂ ਐ ਜੀ, ਉਮੀਦ ਅੱਲਾ ਮੇਰੇ ਤੋਂ ਕੋਈ ਨਾ ਕਿ 30 ਨੂੰ ਟੱਚ ਕਰ ਸੇ ਇਨਸ਼ਾਅੱਲਾ, ਗਰੰਟੀ ਇਨਸ਼ਾਅੱਲਾ। ਚਲੋ ਜੀ, ਅੱਲਾ ਪਾਕ ਖੈਰ ਕਰੇ ਤੇ ਕੀ ਪਿਆਰ ਮੁਹੱਬਤ ਹੈ ਇਹਦੇ ਚ। ਮੈਂ ਭਾਈ ਮੰਨੂ ਰੇਟ ਮਨਾਸ ਮੰਗਿਆ ਇੱਕ ਦੀਦ ਜਾ ਕਰਕੇ 2000 ਭਰਾਵਾਂ ਨੂੰ ਛੱਡ ਕੇ ਜਾ, 2000 ਛੱਡ ਕੇ 2,78,000 ਤੋਂ ਮਜ਼ੀਦ ਫਾਈਨਲ ਜੀ ਇੱਕ ਹੀ ਗੱਲ ਕਰ ਛੱਡੋ। ਮੈਂ ਭਾਈ ਮੰਨੂ ਫਾਈਨਲ ਹੀ ਗੱਲ ਕੀਤੀ, ਇੱਕ ਹੋਰ ਗੱਲ ਹੈ ਜੀ। ਬਾਪ ਤੇ ਭਰਾਵਾਂ ਨੂੰ ਲੱਗਦਾ ਹੈਗਾ ਇਹ ਉਸ ਬੰਦੇ ਦੇ ਜਿਹੜਾ ਸੁਨਿਆਰਾ ਨਾ ਉਹਨੂੰ ਪਤਾ ਲੱਗਣਾ ਹੈ। ਉਹ ਗਾਂ ਦਾ ਮਾਸ਼ਾਅੱਲਾ ਫਰਕ ਕੋਈ ਨਹੀਂ ਪਤਾ ਲੱਗਣਾ, ਜੇ ਹਰ ਬੰਦੇ ਨੇ ਯਾਰ 7 ਮਿਲੇ ਗਾਂ ਕਮ 3,00,000 ਮੁੱਲ ਕੱਢ ਲਿਆ ਜੀ, ਅਗਲੇ ਨੂੰ ਕੀ ਪਤਾ 3,00,000 ਦਾ ਮੁੱਲ ਹੈ ਵੀ ਜਿਹੜਾ ਜਿਹੜਾ ਕਾਰੀਗਰ ਜਿਹਨੂੰ ਜਾਣ ਵਾਲਾ ਉਹਨੂੰ ਪਤਾ ਹੈ। ਚਲੋ ਅੱਲਾ ਪਾਕ ਖੈਰ ਕਰੇ, ਕੋਈ ਪਿਆਰ ਜੀ ਗੱਲ ਕਰਕੇ ਇੱਕ ਆਈ ਇੱਕੋ ਹੀ ਭਾਈ ਮਨਜ਼ੂਰ ਗੱਲ ਕਰਦੇ ਸੀ 2,000 ਗਾਂ ਛੱਡਤਾ 2,75,000 ਦਰਮਿਆਨ ਯਾਰ ਵਿਖਾਣੀ ਲਾਜ਼ਮੀ ਹੈ ਸੀਗਾ, ਭਰਾ ਵੀ ਸੀਗਾ ਵੀ ਸੀਗਾ ਤੇ 2.5 ਤੋਂ 3 ਮਹੀਨੇ ਤੇ ਥਣੀਆਂ ਮਾਸ਼ਾਅੱਲਾ ਨਿੱਕੇ ਨਿੱਕੇ ਖਾ ਲਈ। ਤੁਸੀਂ ਯਕੀਨ ਕਰ ਦੀ ਮਾਂ ਇਸ ਵਕਤ ਦਿੰਦੀ ਪਈ ਹੈ 25+ ਦੁੱਧ ਮਾਸ਼ਾਅੱਲਾ। ਠੀਕ ਹੈ, ਮੈਂ ਇਹਨੂੰ ਦੁੱਧ ਰਜਮਾ ਛੱਡਿਆ। ਅੱਛਾ, ਐਵੇਂ ਤਾਂ ਨਹੀਂ ਭਾਈ ਮੰਦੂਰ 2.5 ਮਹੀਨੇ ਦੀ? 2.5 ਮਹੀਨੇ ਦੀ ਹੋ ਗਿਆ ਮਾਸ਼ਾਅੱਲਾ, ਪੂਰੀ ਗਾਂ ਬਣ ਗਈ। 2.5 ਮਹੀਨੇ ਹੋਰ ਖੋ ਜਾਵੇ ਜਿਹੜੇ ਸਿਮਰ ਰੱਖਣ ਦੇ ਕਾਬਿਲ ਹੋ ਜਾਣੀ ਹੈ। ਚਲੋ ਅੱਲਾ ਪਾ ਖੈਰ ਕਰੇ ਤੇ ਇਹਦੀ ਹੁਣ ਕੋਈ ਕੀਮਤ ਨਹੀਂ, ਕੀਮਤ ਕੋਈ ਨਹੀਂ, ਪਰ ਇੱਕ ਸ਼ੌਕੀ ਦੇ ਭਰਾਵਾਂ ਨੂੰ ਵਿਖਾਈ ਕੀਮਤ। ਅੱਛਾ, ਜੇ ਕੋਈ ਲੈਣਾ ਚਾਹੇ ਤੇ ਫਿਰ? ਕੋਈ ਲੈਣਾ ਚਾਹੇ ਤਾਂ ਰਾਬਤਾ ਕਰ ਲੈ, ਲੇਕਿਨ ਮਜ਼ੀਦ ਵਿੱਚ ਕਰਦਾ ਭਾਈ ਮੰਦੂਰ ਹੈ ਇਹਦੇ ਘਰ ਵਿਖਾਵੀ। ਮਾਸ਼ਾਅੱਲਾ, ਨਹੀਂ ਪਿਓਰ ਆਪਣਾ ਜਰਸੀ ਤੇ ਫਰੀਜ਼ਨ ਦਾ ਕ੍ਰਾਸ ਹੈ ਤੇ ਇੱਕ ਤੋਹਫਾ। ਚਲੋ ਅੱਲਾ ਪਾ ਖੈਰ ਕਰੇ। ਠੀਕ ਹੈ ਦੋਸਤੋ, ਜਾਨਵਰ ਦਿਖਾਉਣ 5 ਤੋਂ 6 ਜਿਹੜੇ ਦੋਸਤ ਬਾਈ ਨੂੰ ਪਸੰਦ ਆਉਂਦੇ ਰਾਬਤਾ ਕਰਕੇ ਖਰੀਦ ਸਕਦਾ। ਅਗਲੀ ਵੀਡੀਓ ਤੱਕ ਦੇ ਇਜਾਜ਼ਤ, ਅੱਲਾ ਹਾਫਿਜ਼।